ਬੇਟੇ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਣ ਲਈ ਇੱਕ ਪਿਤਾ ਨੇ ਘਰ ਤੋਂ ਲੈ ਕੇ ਗਹਿਣੇ ਤੱਕ ਵੇਚ ਕੇ ਏਜੰਟ ਨੂੰ ਪੈਸੇ ਦਿੱਤੇ, ਪਰ ਉਸ ਨੇ ਉਹਨਾਂ ਦੇ ਨਾਲ ਫਰਾਡ ਕਰ ਦਿੱਤਾ। ਇੰਨਾ ਹੀ ਨਹੀਂ, ਪੀੜਤ ਨੇ ਇਹ ਵੀ ਦੋਸ਼ ਲਾਏ ਕਿ ਜਿਸ ASI ਦੇ ਕੋਲ ਉਸਦਾ ਕੇਸ ਹੈ, ਉਸਨੇ ਖਾਲੀ ਦਸਤਾਵੇਜ਼ ਤੇ ਸਾਈਨ ਕਰਵਾ ਕੇ ਆਪਣੀ ਮਰਜ਼ੀ ਦੇ ਨਾਲ ਬਿਆਨ ਦਰਜ ਕਰਕੇ ਸ਼ਿਕਾਇਤ ਖਾਰਿਜ ਵੀ ਕਰਵਾ ਦਿੱਤੀ ਅਤੇ ਫਾਈਲ ਵਿੱਚੋਂ ਏਜੰਟ ਦੇ ਨਾਲ ਹੋਇਆ ਐਗਰੀਮੈਂਟ ਵੀ ਖੁਰਦ ਬੁਰਦ ਕਰ ਦਿੱਤਾ। ਪੀੜਤ ਨੇ ਦੁਬਾਰਾ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਤੇ ਜਾਂਚ ਤੋਂ ਬਾਅਦ ਥਾਣਾ ਨੰਬਰ 8 ਦੇ ਵਿੱਚ ਟਰੈਵਲ ਏਜੰਟ ਸੁਖਵਿੰਦਰ ਸਿੰਘ ਪੁੱਤਰ ਆਦਰਸ਼ਨ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਦੇ ਖਿਲਾਫ ਧੋਖਾਧੜੀ ਕਰਨ ਦੇ ਕੇਸ ਦੇ ਵਿੱਚ ਦਰਜ ਕੀਤਾ। ਪੁਲਿਸ ਨੂੰ ਦਿੱਤੀ ਹੋਈ ਸ਼ਿਕਾਇਤ ਦੇ ਵਿੱਚ ਕੇਵਲ ਕਿਸ਼ਨ ਪੁੱਤਰ ਰਾਮਧਨ ਨਿਵਾਸੀ ਸੁੰਦਰ ਨਗਰ ਨੇ ਦੱਸਿਆ ਕਿ 2022 ਦੇ ਵਿੱਚ ਉਸਨੇ ਆਪਣੇ ਜੀਜੇ ਦੇ ਨਾਲ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੀ ਗੱਲ ਕੀਤੀ ਸੀ। ਉਸਦੇ ਜੀਜੇ ਨੇ ਸੁਖਵਿੰਦਰ ਸਿੰਘ ਨਾਂ ਦੇ ਏਜੰਟ ਦਾ ਨਾਂ ਲਿਆ ਅਤੇ ਕਿਹਾ ਕਿ ਉਹ ਪਹਿਲਾਂ ਵੀ ਕਈ ਬੱਚਿਆਂ ਨੂੰ ਵਿਦੇਸ਼ ਭੇਜ ਚੁੱਕਾ ਹੈ। ਕੇਵਲ ਕਿਸ਼ਨ ਨੇ ਏਜੰਟ ਦੇ ਨਾਲ ਮੁਲਾਕਾਤ ਕੀਤੀ। ਏਜੰਟ ਨੇ ਭਰੋਸਾ ਦਿੱਤਾ ਕਿ ਉਹਨਾਂ ਦੇ ਬੇਟੇ ਨੂੰ ਕੈਨੇਡਾ ਦੇ ਵਿੱਚ ਲੇਬਰ ਦਾ ਕੰਮ ਦਵਾਵੇਗਾ ਤੇ ਵੀਜ਼ਾ ਦਵਾਉਣ ਲਈ 12 ਲੱਖ ਦੇ ਨੇੜੇ ਖਰਚ ਆਵੇਗਾ। ਕੇਵਲ ਕਿਸ਼ਨ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਤੋਂ ਹੈ ਤੇ ਇੰਨੇ ਪੈਸੇ ਨਾ ਹੋਣ ਦੀ ਗੱਲ ਕਹੀ, ਜਿਸ ਤੋਂ ਬਾਅਦ ਏਜੰਟ ਸੁਖਵਿੰਦਰ ਸਿੰਘ ਨੇ ਉਹਨਾਂ ਨੂੰ 8.5 ਲੱਖ ਰੁਪਏ ਦੇ ਵਿੱਚ ਗੱਲ ਕਹੀ ਅਤੇ ਬੇਟੇ ਦੇ ਵਿਦੇਸ਼ ਜਾ ਕੇ ਹੋਣ ਵਾਲੀ ਕਮਾਈ ਦੇ ਵਿੱਚੋਂ ਲੈਣ ਦਾ ਭਰੋਸਾ ਦਿੱਤਾ। ਏਜੰਟ ਦੀਆਂ ਗੱਲਾਂ ਦੇ ਵਿੱਚ ਆ ਕੇ ਕੇਵਲ ਕਿਸ਼ਨ ਨੇ ਆਪਣਾ ਘਰ ਅਤੇ ਗਹਿਣੇ ਵੇਚ ਦਿੱਤੇ, ਜਿਸ ਤੋਂ ਬਾਅਦ ਬੇਟੇ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸਮੇਤ 8.5 ਲੱਖ ਰੁਪਏ ਉਹਨਾਂ ਨੂੰ ਦੇ ਦਿੱਤੇ। ਕੇਵਲ ਕਿਸ਼ਨ ਦਾ ਕਹਿਣਾ ਹੈ ਕਿ 2 ਲੱਖ ਰੁਪਏ ਉਹਨਾਂ ਨੇ ਰੂਪਨਗਰ ਜਾ ਕੇ ਦਿੱਤੇ, ਜਦੋਂ ਕਿ ਬਾਕੀ ਪੈਸੇ ਜਲੰਧਰ ਦੇ ਵਿੱਚ ਦਿੱਤੇ ਸਨ, ਜਿਸ ਦੇ ਸਬੂਤ ਲਈ ਉਹਨਾਂ ਦੇ ਕੋਲ ਵੀਡੀਓ ਵੀ ਬਣਾਈ ਹੋਈ ਹੈ। ਪੈਸੇ ਲੈਣ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਤੇ ਏਜੰਟ ਦੇ ਨਾ ਕੰਮ ਕਰਨ ਤੇ ਕੇਵਲ ਕਿਸ਼ਨ ਨੇ ਸ਼ਿਕਾਇਤ ਦੇ ਦਿੱਤੀ। ਉਸਦਾ ਦੋਸ਼ ਹੈ ਕਿ ਜਿਸ ASI ਕੋਲੋਂ ਪਹਿਲਾਂ ਉਸਦਾ ਕੇਸ ਚੱਲਦਾ ਸੀ, ਉਸਨੇ ਏਜੰਟ ਨੂੰ ਥਾਣੇ ਦੇ ਵਿੱਚ ਬੁਲਾ ਕੇ ਉਹਨਾਂ ਤੋਂ 60,000 ਰੁਪਏ ਵਾਪਸ ਦਵਾ ਦਿੱਤੇ ਤੇ ਭਰੋਸਾ ਦੇ ਦਿੱਤਾ ਕਿ ਬਾਕੀ ਪੈਸੇ ਵੀ ਉਹਨਾਂ ਨੂੰ ਮਿਲ ਜਾਣਗੇ। ਪਰ ਇਸ ਦੌਰਾਨ ਕਿਸੇ ਕਾਰਨ ਉਹਨਾਂ ਦੇ ਕੇਸ ਤੇ ਦੂਜੇ ASI ਕੋਲ ਚਲਾ ਗਿਆ। ASI ਨੇ ਉਹਨਾਂ ਨੂੰ ਫੋਨ ਕਰਕੇ ਥਾਣੇ ਦੇ ਵਿੱਚ ਬੁਲਾਇਆ ਤੇ ਕਿਹਾ ਉਹਨਾਂ ਦੀ ਸ਼ਿਕਾਇਤ ਕਾਫੀ ਪੁਰਾਣੀ ਹੋ ਗਈ ਹੈ, ਜਿਸ ਕਾਰਨ ਇਹ ਸ਼ਿਕਾਇਤ ਵਾਪਸ ਲੈਣੀ ਪਵੇਗੀ। ASI ਨੇ ਇਹ ਵੀ ਭਰੋਸਾ ਦਿੱਤਾ ਕਿ ਉਹਨਾਂ ਦੇ ਪੈਸੇ ਏਜੰਟ ਤੋਂ ਦਵਾ ਦੇਵੇਗਾ। ਇਸੇ ਵਿਚਕਾਰ ASI ਨੇ ਖਾਲੀ ਦਸਤਾਵੇਜ਼ ਤੇ ਸਾਈਨ ਕਰਵਾ ਕੇ ਕੇਵਲ ਕਿਸ਼ਨ ਨੂੰ ਵਾਪਸ ਭੇਜ ਦਿੱਤਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਸ਼ਿਕਾਇਤ ਖਾਰਜ ਹੋ ਗਈ ਆ। ਕੇਵਲ ਕਿਸ਼ਨ ਨੇ ਕਿਹਾ ਕਿ ਖਾਲੀ ਦਸਤਾਵੇਜ਼ ਤੇ ASI ਵੱਲੋਂ ਲਏ ਬਿਆਨ ਪੜੇ ਉਹਨਾਂ ਤੇ ਹੈਰਾਨ ਰਹਿ ਗਏ। ASI ਨੇ ਬਿਆਨਾਂ ਨੂੰ ਗਲਤ ਪੇਸ਼ ਕੀਤਾ, ਜਿਸ ਕਾਰਨ ਸ਼ਿਕਾਇਤ ਖਾਰਜ ਹੋ ਗਈ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਉਸਦੀ ਫਾਈਲ ਦੇ ਵਿੱਚੋਂ ਏਜੰਟ ਸੁਖਵਿੰਦਰ ਸਿੰਘ ਵੱਲੋਂ ਹੋਇਆ ਐਗਰੀਮੈਂਟ ਵੀ ਗਾਇਬ ਹੈ। ਕੇਵਲ ਕਿਸ਼ਨ ਦੇ ਦੁਆਰਾ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਣ ਤੋਂ ਬਾਅਦ ਕੇਵਲ ਕਿਸ਼ਨ ਨੂੰ ਇਨਸਾਫ਼ ਦਿੰਦਿਆਂ ਥਾਣਾ ਨੰਬਰ 8 ਦੇ ਵਿੱਚ ਟਰੈਵਲ ਏਜੰਟ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਕੇਵਲ ਕਿਸ਼ਨ ਦਾ ਕਹਿਣਾ ਹੈ ਕਿ ਜਲੰਧਰ ਦੇ ਵਿੱਚ ਦਿੱਤੇ ਗਏ 5.5 ਲੱਖ ਰੁਪਏ ਉਸਨੇ ਸੁਖਪ੍ਰੀਤ ਕੌਰ ਦੇ ਬੈਂਕ ਖਾਤੇ ਦੇ ਵਿੱਚੋਂ ਟ੍ਰਾਂਸਫਰ ਕੀਤੇ ਸਨ।